ਗੁਰੂ ਕਾਂਸ਼ੀ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਜੋ ਕਿ ਬਠਿੰਡਾ ਵਿਖੇ ਸਥਿਤ ਹੈ। ਵਿੱਦਿਆ ਦਾ ਅਦਾਰਾ ਇਹ ਸਕੂਲ ਜੋ ਕਿ ਆਪਣੇ ਇਲਾਕੇ ਵਿੱਚ ਬਹੁਤ ਹੀ ਵਧੀਆ ਤਰੀਕੇ ਨਾਲ ਸੇਵਾਵਾਂ ਦੇ ਰਿਹਾ ਹੈ। ਸਕੂਲ ਵਿਖੇ ਹਰ ਤਰੀਕੇ ਦੀ ਫੈਸਿਲਿਟੀ ਮੌਜੂਦ ਹੈ। ਸਕੂਲ ਵਿੱਚ ਬੱਚਿਆਂ ਨੂੰ ਪੜ੍ਹਾਈ ਦੇ ਨਾਲ ਨਾਲ ਕਲਚਰਲ ਐਕਟੀਵਿਟੀਜ਼ ਦੇ ਨਾਲ ਵੀ ਜੋੜਿਆ ਜਾਂਦਾ ਹੈ। ਸਕੂਲ ਦਾ ਸਟਾਫ ਹਮੇਸ਼ਾ ਹੀ ਬੱਚਿਆਂ ਨੂੰ ਵਿੱਦਿਆ ਦੇਣ ਲਈ ਤਿਆਰ ਰਹਿੰਦਾ ਹੈ। ਸਕੂਲ ਦੇ ਪ੍ਰਿੰਸੀਪਲ ਮੈਮ ਹਮੇਸ਼ਾ ਹੀ ਸਟਾਫ ਨੂੰ ਆਪਣਾ ਪੂਰਾ ਸਹਿਯੋਗ ਦਿੰਦੇ ਹਨ। ਬੀਤੇ ਦਿਨ ਸਾਡੀ ਪੰਜਾਬ ਪਲੱਸ ਦੀ ਟੀਮ ਨੇ ਗੁਰੂ ਕਾਂਸ਼ੀ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬਠਿੰਡਾ ਦਾ ਵਿਸ਼ੇਸ਼ ਦੌਰਾ ਕੀਤਾ। ਆਓ ਨਜ਼ਰ ਮਾਰਦੇ ਹਾਂ ਸਕੂਲ ਦੀਆਂ ਝਲਕੀਆਂ 'ਤੇ। ਦਰਸ਼ਕੋ ਅੱਜ ਅਸੀਂ ਆਏ ਹਾਂ ਗੁਰੂ ਕਾਂਸ਼ੀ ਸੀਨੀਅਰ ਸੈਕੰਡਰੀ ਸਕੂਲ ਦੇ ਵਿੱਚ ਬਠਿੰਡੇ, ਜਿਹੜਾ ਕਿ 1997 ਤੋਂ ਸੇਵਾ ਦੇ ਰਿਹਾ। ਔਰ ਗੱਲ ਕਰਨ ਜਾ ਰਹੇ ਹਾਂ ਪ੍ਰਿੰਸੀਪਲ ਮੈਡਮ ਡਾਕਟਰ ਮੈਡਮ ਦੇ ਨਾਲ, ਜਿਹੜੇ ਕਿ ਇੱਥੇ ਸੇਵਾ ਨਿਭਾ ਰਹੇ ਨੇ, ਮੈਡਮ ਰਣਜੀਤ ਕੌਰ ਜੀ। ਮੈਡਮ ਤੁਹਾਡਾ ਸਵਾਗਤ ਹੈ ਸਾਡੇ ਸਪੈਸ਼ਲ ਸ਼ੋਅ 'ਚ। ਮੇਰੇ ਵੱਲੋਂ ਸਾਰੇ ਹੀ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਔਰ ਮੈਂ ਇਸ ਚੈਨਲ ਦਾ, ਪੰਜਾਬ ਪ੍ਰੈਸ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ। ਮੈਡਮ, ਇਹ ਬੂਟਾ ਜਿਹੜਾ 1997 'ਚ ਲੱਗਿਆ ਸੀਗਾ, ਜਿਹੜਾ ਅੱਜ ਸ਼ਾਨਦਾਰ ਪੇੜ ਦਾ ਰੂਪ ਧਾਰਨ ਕਰਕੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਬੱਚੇ ਜਿਹੜੇ ਹੈਗੇ ਆ, ਚਾਹੇ ਉਹ ਇੰਡੀਆ ਦੀ ਗੱਲ ਕਰੀਏ ਚਾਹੇ ਫੋਰਨ ਦੀ ਗੱਲ ਕਰੀਏ, ਤਾਂ ਇਸ ਜਗ੍ਹਾ ਤੋਂ ਵਿੱਦਿਆ ਦਾ ਦਾਨ ਲੈ ਕੇ ਸਾਰੇ ਸੇਵਾ ਕਰ ਰਹੇ ਨੇ। ਸਭ ਤੋਂ ਵੱਡੀ ਗੱਲ ਆ ਜਿਹੜੀ ਗੁਰੂ ਕਾਂਸ਼ੀ ਸਕੂਲ, ਜਿਹੜਾ ਕਿ ਉਸੇ ਤਰਜ਼ ਦੇ ਉੱਪਰ ਉਸ ਟਾਈਮ 'ਤੇ ਬਜ਼ੁਰਗਾਂ ਨੇ ਜਿਹੜਾ ਹੈਗਾ ਸਟਾਰਟ ਤੁਸੀਂ ਨਾਲ ਰਲ ਕੇ ਕੀਤਾ ਕਿ ਅਸੀਂ ਗੁਰੂ ਕਾਂਸ਼ੀ, ਕਿਉਂਕਿ ਪਹਿਲਾਂ ਲੋਕ ਕਾਂਸ਼ੀ ਦੀ ਪੜ੍ਹਾਈ ਨੂੰ ਬਹੁਤ ਵੱਡਾ ਮੰਨਦੇ ਹੁੰਦੇ ਸੀਗੇ, ਔਰ ਜਿਸ ਤਰੀਕੇ ਦਾ ਨਾਮ ਉਸੇ ਤਰੀਕੇ ਦੇ ਨਾਲ ਹੀ ਸਟੱਡੀ ਨੂੰ ਜਿਹੜਾ ਹੈਗਾ ਕੰਟੀਨਿਊਸ ਕਰਾਇਆ, ਔਰ ਬੱਚਿਆਂ ਨੂੰ ਵਿੱਦਿਆ ਨੂੰ ਦਾਨ ਦੇ ਰੂਪ ਦੇ ਵਿੱਚ ਪਹਿਲੇ ਦਿਨ ਤੋਂ ਦੇ ਕੇ ਅੱਜ ਇਹ ਸਕੂਲ ਜਿਹੜਾ ਹੈਗਾ, ਇੱਥੋਂ ਦੇ ਪੜ੍ਹੇ ਬੱਚੇ ਕੋਈ ਡਾਕਟਰ, ਕੋਈ ਇੰਜੀਨੀਅਰ, ਔਰ ਕੋਈ ਬਹੁਤ ਵੱਡੇ ਵੱਡੇ ਅਹੁਦਿਆਂ ਦੇ ਉੱਪਰ ਨੇ, ਔਰ ਫੋਰਨ ਦੇ ਵਿੱਚ ਵੀ ਬਹੁਤ ਜ਼ਿਆਦਾ ਬੱਚੇ ਗਏ ਨੇ। ਕੀ ਕਹਿਣਾ ਚਾਹੋ? ਹਾਂਜੀ, ਮੈਂ ਜ਼ਰੂਰ ਇਹ ਦੱਸਣਾ ਚਾਹਾਂਗੀ ਕਿ ਅਸੀਂ ਜਿਸ ਲਗਨ ਦੇ ਨਾਲ ਜਾਂ ਜਿਸ ਉਦੇਸ਼ ਦੇ ਨਾਲ ਅਸੀਂ ਸਕੂਲ ਸ਼ੁਰੂ ਕੀਤਾ ਸੀਗਾ, ਅਸੀਂ ਉਸ ਮੋਟਿਵ ਨੂੰ ਲੈ ਕੇ ਨਾਲ ਨਾਲ ਚੱਲ ਰਹੇ ਹਾਂ। ਬਹੁਤ ਹੀ ਇਮਾਨਦਾਰੀ ਦੇ ਨਾਲ ਔਰ ਬਹੁਤ ਵਧੀਆ ਮਿਹਨਤੀ ਸਟਾਫ ਮੇਰੇ ਕੋਲ ਹੈ। ਇਸ ਦੇ ਬਾਰੇ ਮੈਂ ਦੱਸਣਾ ਚਾਹਾਂਗੀ ਕਿ ਅਸੀਂ ਜਿਸ ਉਦੇਸ਼ ਦੇ ਨਾਲ ਆਪਣੀ ਸੰਸਥਾ ਸ਼ੁਰੂ ਕੀਤੀ ਸੀਗੀ, ਅਸੀਂ ਉਸ ਉਦੇਸ਼ ਨੂੰ ਲੈ ਕੇ ਹੁਣ ਤੱਕ ਨਾਲ ਨਾਲ ਚੱਲ ਰਹੇ ਹਾਂ। ਔਰ ਇਸ ਹੁਣ ਤੱਕ ਦੀ ਜਿਹੜੀ ਸਾਡੀ ਕਾਮਯਾਬੀ ਹੈ, ਉਹ ਸਾਡੇ ਨਾਲ ਲੱਗੇ ਪੇਰੈਂਟਸ ਔਰ ਮੇਰੇ ਬਹੁਤ ਹੀ ਮਿਹਨਤੀ ਸਟਾਫ ਦੀ ਬਦੌਲਤ ਹੈ। ਵੀ ਕਾਫੀ ਗਿਣਤੀ ਦੇ ਵਿੱਚ ਬੱਚੇ ਸਾਡੇ ਬਾਹਰ ਵੀ ਸੈੱਟ ਹੋ ਰਹੇ ਹਨ ਔਰ ਅੱਛੀਆਂ ਅੱਛੀਆਂ ਪੋਜੀਸ਼ਨਾਂ 'ਤੇ ਜਾਂ ਅੱਛੇ ਅੱਛੇ ਅਹੁਦੇ ਵੀ ਉਹ ਬੱਚਿਆਂ ਨੇ ਪ੍ਰਾਪਤ ਕੀਤੇ ਹਨ। ਮੈਡਮ, ਅਗਰ ਆਪਾਂ ਗੱਲ ਕਰੀਏ ਕਿੱਥੋਂ ਦੇ ਟੀਚਿੰਗ ਸਟਾਫ ਦਾ ਔਰ ਤੁਹਾਡੀ ਫੈਕਲਟੀ ਦਾ, ਐਜ਼ ਏ ਤੁਸੀਂ ਐਜ਼ ਏ ਇਕੱਲਾ ਪ੍ਰਿੰਸੀਪਲ ਹੀ ਨਹੀਂ ਬਲਕਿ ਐਜ਼ ਏ ਗਾਈਡਰ ਵੀ ਹੋ ਔਰ ਸਾਰੀਆਂ ਟੀਚਰਾਂ ਨੂੰ ਨਾਲ ਲੈ ਕੇ ਉਹਨਾਂ ਨੂੰ ਵੀ ਗਾਈਡ ਕਰਦੇ ਹੋ ਵੀ ਆਪਾਂ ਜੋ ਇਹ ਬੂਟਾ ਅਸੀਂ ਲਗਾਇਆ ਉਸ ਬੂਟੇ ਨੂੰ ਉਸੇ ਤਰੀਕੇ ਦੇ ਨਾਲ ਹੀ ਇਸ ਦੇ ਵਿੱਚ ਵੱਧ ਤੋਂ ਵੱਧ ਮਿਹਨਤ ਕਰਕੇ ਬੱਚਿਆਂ ਨੂੰ, ਚਾਹੇ ਉਹ ਓਵਰ ਟਾਈਮ ਲੱਗੇ, ਚਾਹੇ ਐਕਸਟਰਾ ਕਲਾਸਿਸ ਦੀ ਗੱਲ ਹੋਵੇ, ਚਾਹੇ ਜ਼ੀਰੋ ਪੀਰੀਅਡ ਦੀ ਗੱਲ ਹੋਵੇ, ਮਤਲਬ ਹਰ ਚੀਜ਼ ਜਿਹੜੀ ਹੈਗੀ ਹੈ ਇੱਥੇ ਬਣਾਈ ਹੋਈ ਹੈ। ਹਾਂਜੀ, ਮੇਰੇ ਕੋਲ ਬਹੁਤ ਹੀ ਮਿਹਨਤੀ ਸਟਾਫ ਹੈ ਔਰ ਵੈਲ ਕੁਆਲੀਫਾਈਡ ਹੈ ਔਰ ਜਿਹੜੇ ਕਿ ਬੱਚਿਆਂ ਨੂੰ ਟਾਈਮ ਟੂ ਟਾਈਮ ਗਾਈਡ ਕਰਦੇ ਹਨ ਔਰ ਅੱਛੀ ਪੜ੍ਹਾਈ ਦੇ ਰਹੇ ਹਨ ਔਰ ਸਾਡੇ ਬੋਰਡ ਦੀਆਂ ਕਲਾਸਾਂ ਦੇ ਨਤੀਜੇ ਹਮੇਸ਼ਾ ਬਹੁਤ ਅੱਛੇ ਆਉਂਦੇ ਹਨ। ਇਸੇ ਕਰਕੇ ਮੇਰੇ ਕੋਲ ਪਲੱਸ ਟੂ ਦੇ ਵਿੱਚ ਕਾਫੀ ਗਿਣਤੀ ਦੇ ਵਿੱਚ ਬੱਚੇ ਇੱਥੇ ਐਡਮਿਸ਼ਨ ਲੈਂਦੇ ਹਨ ਸਾਡੀ ਸਟੱਡੀ ਨੂੰ ਦੇਖ ਕੇ ਕਿ ਉਹਨਾਂ ਦੇ ਅੱਛੇ ਨੰਬਰ ਆਉਣ ਤਾਂ ਅੱਗੇ ਜਾ ਕੇ ਉਹਨਾਂ ਨੂੰ ਪਲੱਸ ਟੂ ਬੇਸ 'ਤੇ ਕਿਤੇ ਨਾ ਕਿਤੇ ਅੱਛੇ ਥਾਂ 'ਤੇ ਐਡਮਿਸ਼ਨ ਮਿਲ ਸਕੇ ਔਰ ਮੈਂ ਆਪਣੇ ਸਟਾਫ ਦੀ ਇਸ ਮਿਹਨਤ ਤੋਂ ਬਹੁਤ ਖੁਸ਼ ਹੈ ਕਿ ਉਹ ਸਾਡੇ ਨਾਲ ਜੁੜ ਕੇ ਚੱਲ ਰਹੇ ਹਨ। ਮੇਰੇ ਕੋਲ ਕਾਫੀ ਗਰੀਬ ਪਰਿਵਾਰਾਂ ਦੇ ਬੱਚੇ ਵੀ ਪੜ੍ਹਦੇ ਹਨ ਜਿਨ੍ਹਾਂ ਦੀ ਅਸੀਂ ਫੀਸ ਵੀ ਘੱਟ ਕਰਦੇ ਹਾਂ। ਇਹ ਇੱਕ ਅਸੀਂ ਮੋਟਿਵ ਰੱਖਿਆ ਹੋਇਆ ਕਿ ਫੀਸ ਦੀ ਖਾਤਰ ਅਸੀਂ ਕਿਸੇ ਬੱਚੇ ਨੂੰ ਸਕੂਲ ਦੇ ਵਿੱਚੋਂ ਮੁੜਨ ਨਹੀਂ ਦੇਣਾ ਗਾ। ਅਤੇ ਮੇਰੇ ਨਾਲ ਕਾਫੀ ਸੰਸਥਾਵਾਂ ਵੀ ਜੁੜੀਆਂ ਹੋਈਆਂ ਹਨ ਜਿਹੜੀਆਂ ਬੱਚਿਆਂ ਦੀਆਂ
ਜੋ ਉਹਨਾਂ ਨੂੰ ਲੋੜੀਂਦੀ ਸਮੱਗਰੀ ਹੁੰਦੀ ਹੈ ਸਟੱਡੀ ਦੇ ਲਈ, ਉਹ ਉਹਨਾਂ ਬੱਚਿਆਂ ਨੂੰ ਮੁਹੱਈਆ ਕਰਾਉਂਦੀਆਂ ਹਨ। ਮੈਂ ਉਹਨਾਂ ਸੰਸਥਾਵਾਂ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਤੁਹਾਡੇ ਚੈਨਲ ਦੇ ਜ਼ਰੀਏ ਜਿਹੜੀਆਂ ਇਸ ਸੰਸਥਾ ਨਾਲ ਜੁੜੀਆਂ ਹੋਈਆਂ ਹਨ, ਅਤੇ ਕਾਫ਼ੀ ਮਿਹਨਤੀ ਸਟਾਫ ਦੇ ਸਿਰ 'ਤੇ ਅਸੀਂ ਅੱਛੇ ਰਿਜ਼ਲਟ ਦੇ ਰਹੇ ਹਾਂ, ਪੇਰੈਂਟਸ ਕਾਫ਼ੀ ਖੁਸ਼ ਹਨ ਸਾਡੇ ਤੋਂ। ਮੈਡਮ, ਅਗਰ ਆਪਾਂ ਗੱਲ ਕਰੀਏ, ਇਹ ਇੱਕ ਪੰਜਾਬ ਸਕੂਲ ਐਜੂਕੇਸ਼ਨ ਸਕੂਲ ਦਾ ਜਿਹੜਾ ਹੈਗਾ ਸਕੂਲ ਹੈ, ਉਸ ਦੇ ਬਾਵਜੂਦ ਅਗਰ ਇੰਗਲਿਸ਼ ਸਪੀਕਿੰਗ ਦੀ ਗੱਲ ਕਰੀਏ ਤਾਂ ਤੁਸੀਂ ਰਾਈਟ ਫਰੋਮ ਬਿਗਨਿੰਗ ਬੱਚਿਆਂ ਨੂੰ ਜਿਹੜਾ ਹੈਗਾ ਇੰਗਲਿਸ਼ ਦੇ ਲਈ ਬੜਾ ਪਰਿਪੱਕ ਕਰਦੇ ਹੋ, ਔਰ ਉਹਨਾਂ ਨੂੰ ਇਹ ਨਹੀਂ ਲੱਗ ਸਕਦਾ ਕਦੇ ਵੀ CBSE ਜਾਂ ਕੋਈ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਹੈ ਉਸੇ ਢੰਗ ਦੇ ਨਾਲ ਟੀਚਰਾਂ ਜਿਹੜੇ ਹੈਗੇ ਤੁਹਾਡੀਆਂ ਗਾਈਡ ਕਰਦੀਆਂ ਬੱਚਿਆਂ ਨੂੰ, ਔਰ ਉਸੇ ਢੰਗ ਦੇ ਨਾਲ ਪਹਿਲੇ ਦਿਨ ਤੋਂ ਇੰਗਲਿਸ਼ ਦੇ ਵਿੱਚ ਜਿਵੇਂ ਦਾ ਵਾਈਟ ਸੀਮੈਂਟ ਵਾਲੀ ਗੱਲ ਹੁੰਦੀ ਹੈ ਉਹ ਭਰਿਆ ਜਾਂਦਾ। ਹਾਂਜੀ, ਇਸ ਸੰਬੰਧ ਨਾਲ ਮੈਂ ਇਹ ਗੱਲ ਕਹਿਣਾ ਚਾਹਾਂਗੀ ਕਿ ਬੱਚੇ ਦਾ ਬੇਸ ਅੱਛਾ ਹੋਣਾ ਚਾਹੀਦਾ ਗਾ। ਅਗਰ ਉਸਦਾ ਬੇਸ ਤਕੜਾ ਹੈ ਤਾਂ ਲੈਂਗੁਏਜ ਕੋਈ ਵੀ ਹੈ ਬੱਚਾ ਈਜ਼ੀਲੀ ਕਵਰ ਕਰ ਜਾਏਗਾ, ਚਾਹੇ ਉਹ ਬੱਚਾ ਪੰਜਾਬੀ ਮੀਡੀਅਮ ਦਾ ਹੈ ਚਾਹੇ ਉਹ ਬੱਚਾ ਇੰਗਲਿਸ਼ ਮੀਡੀਅਮ ਦਾ ਹੈ। ਔਰ ਅਸੀਂ ਵੀ ਇਸ ਗੱਲ 'ਤੇ ਜ਼ੋਰ ਦਿੰਦੇ ਹਾਂ ਅੱਜ ਕੱਲ੍ਹ ਦੇ ਜੋ ਸਮੇਂ ਦੇ ਮੁਤਾਬਕ ਵੀ ਬੱਚਿਆਂ ਦੀ ਇੰਗਲਿਸ਼ ਸਪੀਕਿੰਗ ਦੀ ਕਲਾਸ ਜਾਂ ਉਹਨਾਂ ਨੂੰ ਉਨਾ ਇੱਕ ਪਰਪੱਕ ਕੀਤਾ ਜਾਵੇ ਤਾਂ ਕਿ ਉਹਨਾਂ ਦੇ ਜਿਹੜੇ ਆਉਣ ਵਾਲੇ ਕੰਪੀਟੀਸ਼ਨ ਹੈ ਜਾਂ ਉਹਨਾਂ ਨੇ ਕੋਈ ਆਇਲਸ ਵਗੈਰਾ ਦਾ ਦੇਣਾ ਐਗਜ਼ਾਮ ਦੇਣਾ ਹੈਗਾ ਅਤੇ ਉਹਨਾਂ ਨੂੰ ਇਸ ਤਰ੍ਹਾਂ ਦਾ ਈਜ਼ੀ ਲੱਗੇ ਅਤੇ ਬੱਚਿਆਂ ਦੀ ਕਮਾਂਡ ਇਸ ਗੱਲ 'ਤੇ ਵਧੇ, ਅਸੀਂ ਪੰਜਾਬੀ ਦੇ ਨਾਲ ਨਾਲ ਇੰਗਲਿਸ਼ ਲੈਂਗੁਏਜ ਵੀ ਕਰਵਾ ਰਹੇ ਹਾਂ। ਮੈਡਮ, ਬੜੇ ਮਾਣ ਵਾਲੀ ਗੱਲ ਹੈ ਕਿ 10th ਵਾਲੇ ਸਟੂਡੈਂਟ ਹੀ ਤੁਹਾਡੇ ਜਿਹੜੇ ਦੋ ਹੈਗੇ ਆ ਉਹ ਆਈਲੈਟਸ ਕਰਕੇ ਬਾਹਰ ਜਾ ਚੁੱਕੇ ਨੇ, ਕਿਉਂਕਿ ਆਪਾਂ ਦੇਖਦੇ ਹਾਂ ਕਿ ਪਲੱਸ ਟੂ ਦੇ ਜਿਹੜੇ ਬੱਚੇ ਆ ਉਹਨਾਂ ਨੂੰ ਵੀ ਬੜਾ ਔਖਾ ਹੁੰਦਾ ਬੈਂਡਸ ਲੈਣੇ, ਲੇਕਿਨ ਜਿਸ ਤਰੀਕੇ ਨਾਲ 10th ਦੇ ਜਿਹੜੇ ਹੈਗੇ ਆ ਬੱਚੇ ਉਹਨਾਂ ਲਈ ਇਹ ਮੱਲਾਂ ਮਾਰੀਆਂ ਉਹਦੇ ਬਾਰੇ ਕੀ ਗੱਲ ਜੋ? ਹਾਂਜੀ, ਮੈਂ ਬੱਚਿਆਂ ਦੀ ਮਿਹਨਤ 'ਤੇ ਉਹਨਾਂ ਦੇ ਪੇਰੈਂਟਸ ਨੂੰ ਬਹੁਤ ਬਹੁਤ ਵਧਾਈ ਦੇਣਾ ਚਾਹੁੰਦੀ ਹਾਂ, ਸਾਡੇ ਆਪਣੇ ਅਧਿਆਪਕ ਸਹਿਬਾਨਾਂ ਨੂੰ ਵੀ ਇਸ ਗੱਲ ਲਈ ਵਧਾਈ ਦੇਣਾ ਚਾਹੁੰਦੀ ਹਾਂ ਕਿ ਉਹਨਾਂ ਨੇ ਬੱਚਿਆਂ ਨੂੰ ਸਹੀ ਗਾਈਡ ਕੀਤਾ। ਇਸ ਲਈ ਮੈਂ ਆਪਣੇ ਬੱਚਿਆਂ ਨੂੰ, ਸਟਾਫ ਮੈਂਬਰਸ ਨੂੰ ਅਤੇ ਉਹਨਾਂ ਜਿਹੜੇ ਬੱਚੇ ਬਾਹਰ ਗਏ ਉਹਨਾਂ ਦੇ ਪੇਰੈਂਟਸ ਨੂੰ ਬਹੁਤ ਬਹੁਤ ਵਧਾਈ ਦੇਣਾ ਚਾਹੁੰਦੀ ਹਾਂ ਕਿ ਅਕਸਰ ਬੱਚੇ ਪਲੱਸ ਟੂ ਤੋਂ ਬਾਅਦ ਬਾਹਰ ਜਾਂਦੇ ਆ, ਪਰ ਇਹਨਾਂ ਛੋਟੇ ਬੱਚਿਆਂ ਨੇ ਇਹ ਕਦਮ ਚੁੱਕਿਆ ਕਿਉਂਕਿ ਉਹਨਾਂ ਦੀ ਫੈਮਿਲੀਜ਼ ਉੱਧਰ ਸੀਗੀਆਂ, ਇਸ ਕਰਕੇ ਉਹ ਬੱਚੇ ਵੀ ਉੱਧਰ ਜਾ ਕੇ ਸਟੱਡੀ ਕਰਨਾ ਚਾਹੁੰਦੇ ਸੀ ਅਤੇ ਸਾਨੂੰ ਵੀ ਮਾਣ ਮਹਿਸੂਸ ਹੁੰਦਾ ਕਿ ਸਾਡੇ ਬੱਚੇ ਕਿਤੇ ਨਾ ਕਿਤੇ ਆਪਣੀ ਜਿਹੜੀ ਉਹਨਾਂ ਦਾ ਉਦੇਸ਼ ਹੈ ਜਾਂ ਮੋਟਿਵ ਹੈ ਉਸਨੂੰ ਪ੍ਰਾਪਤ ਕਰ ਰਹੇ ਨੇ, ਅੱਗੇ ਵੱਧ ਰਹੇ ਨੇ, ਅਤੇ ਇਸ ਲਈ ਅਸੀਂ ਵੀ ਉਹਨਾਂ ਦੀ ਖੁਸ਼ੀ ਵਿੱਚ, ਸਾਡੀ ਖੁਸ਼ੀ ਹੈ ਜੀ ਪੇਰੈਂਟਸ ਦੀ ਖੁਸ਼ੀ ਵਿੱਚ। ਮੈਡਮ, ਅਗਰ ਆਪਾਂ ਗੱਲ ਕਰੀਏ ਆਰ ਓਨਲੀ ਡਿਵੈਲਪਮੈਂਟ ਦੀ, ਇੱਕ ਐਸਾ ਸਕੂਲ ਜਿਹਦੇ 'ਚ ਕੇਵਲ ਵਿੱਦਿਆ ਦਾ ਦਾਨ ਹੀ ਨਹੀਂ, ਉਹਦੇ ਨਾਲ ਨਾਲ ਕਲਚਰਲ ਐਕਟੀਵਿਟੀਜ਼, ਗੇਮਸ, ਔਰ ਹਮੇਸ਼ਾ ਪੋਜ਼ਿਟਿਵ ਰਹਿਣਾ, ਜਿਹਦੇ ਵਿੱਚ ਜੇ ਆਪਾਂ ਸਮਾਰਟ ਕਲਾਸਰੂਮ ਦੀ ਗੱਲ ਕਰ ਲਈਏ, ਸਮਾਰਟ ਕਲਾਸਰੂਮ, ਅਗਰ ਆਪਾਂ ਵੀਡੀਓਗ੍ਰਾਫੀ ਦੀ ਗੱਲ ਕਰ ਲਈਏ, ਪਲੇਵੇ ਮੈਥਡ ਨਾਲ ਪੜ੍ਹਾਉਣ ਦੀ ਗੱਲ ਕਰ ਲਈਏ, ਤਾਂ ਹਰ ਚੀਜ਼ ਜਿਹੜੀ ਹੈਗੀ ਆ ਇਸ ਸਕੂਲ ਦੇ ਵਿੱਚ ਦਿੱਤੀ ਜਾਂਦੀ ਆ, ਠੀਕ ਹੈ ਨਾ? ਹਾਂਜੀ, ਕਲਚਰ ਐਕਟੀਵਿਟੀਜ਼ ਬੱਚਿਆਂ ਨੂੰ ਸਮੇਂ ਸਮੇਂ ਕਰਵਾਈਆਂ ਜਾਂਦੀਆਂ ਨੇ, ਫੰਕਸ਼ਨ ਇਹਨਾਂ ਦੇ ਕਰਵਾਏ ਜਾਂਦੇ ਹੈਗੇ, ਬੱਚੇ ਉਹਨਾਂ 'ਚ ਵੱਧ ਚੜ੍ਹ ਕੇ ਹਿੱਸਾ ਲੈਂਦੇ ਹੈਗੇ ਆ, ਅਤੇ ਗੇਮਸ ਦੇ ਵਿੱਚ ਵੀ ਬੱਚੇ ਵੱਡੀ ਗਿਣਤੀ ਦੇ ਵਿੱਚ ਸਾਡੇ ਸਕੂਲ ਦੇ ਵਿੱਚ ਭਾਗ ਲੈਂਦੇ ਹੈਗੇ ਆ। ਔਰ ਇਸ ਵਾਰ ਜਿਸ ਤਰ੍ਹਾਂ ਹੁਣੇ ਬੋਰਡ ਨੇ ਵੀ ਇਹਨਾਂ ਬੱਚਿਆਂ ਨੂੰ ਬੈਨੀਫਿਟ ਦੇ ਰਹੇ ਹੈਗੇ ਆ, ਜਿਹੜੇ ਬੱਚੇ ਗੇਮਸ ਦੇ ਵਿੱਚ ਜਾਂ ਨੈਸ਼ਨਲ ਜਾਂ ਸਟੇਟ ਲੈਵਲ 'ਤੇ ਕੰਪੀਟੀਸ਼ਨਾਂ ਦੇ ਵਿੱਚ ਕੋਈ ਪ੍ਰਾਪਤੀਆਂ ਕਰਦੇ ਆ। ਇਸ ਵਾਰ ਸਾਡੇ 4 ਬੱਚਿਆਂ ਦਾ ਅਸੀਂ ਨਾਮ ਬੋਰਡ ਨੂੰ ਭੇਜਿਆ ਹੈ ਤਾਂ ਕਿ ਇਹਨਾਂ ਨੂੰ ਪਲੱਸ ਜਿਹੜੇ ਹੈਗੇ ਪੁਆਇੰਟਸ ਮਿਲਣਗੇ, ਇਹਨਾਂ ਦੇ ਅੰਕ ਮਿਲਦੇ ਹੈਗੇ ਆ। ਇਸ ਕਰਕੇ ਵੱਡੀ ਗਿਣਤੀ ਦੇ ਵਿੱਚ ਬੱਚੇ ਇਹਨਾਂ ਗਤੀਵਿਧੀਆਂ ਦੇ ਵਿੱਚ ਭਾਗ ਲੈਂਦੇ ਹੈਗੇ ਆ, ਅਧਿਆਪਕ ਸਹਿਬਾਨ ਉਹਨਾਂ ਨੂੰ ਗਾਈਡ ਕਰਦੇ ਹੈਗੇ ਕਿ ਪੜ੍ਹਾਈ ਦੇ ਨਾਲ ਨਾਲ ਸਰਵਪੱਖੀ ਵਿਕਾਸ ਦੇ ਲਈ ਉਹਨਾਂ ਨੂੰ ਅਲੱਗ ਅਲੱਗ ਗਤੀਵਿਧੀਆਂ ਦੇ ਵਿੱਚ ਭਾਗ ਲੈਣਾ ਚਾਹੀਦਾ ਹੈ। ਨੈਤਿਕ ਸਿੱਖਿਆ ਦੇ ਇਗਜ਼ਾਮ ਸਕੂਲ ਦੇ ਵਿੱਚ ਅਸੀਂ ਦਿਵਾਉਂਦੇ ਹਾਂ, ਜਿਹੜਾ ਕਿ ਅੱਜ ਦੇ ਸਮੇਂ ਦੀ ਇੱਕ ਵੱਡੀ ਲੋੜ ਹੈਗੀ ਆ। ਬਾਕੀ ਟਰਬਨ ਕੰਪੀਟੀਸ਼ਨ ਦੇ ਵਿੱਚ ਸਾਡੇ ਇਸ ਵਾਰ ਦੇ ਬੱਚੇ ਫਸਟ ਆਏ ਹੈਗੇ ਆ, ਬਾਬਾ ਫਰੀਦ ਕਾਲਜ ਦੇ ਵਿੱਚ ਕੰਪੀਟੀਸ਼ਨ ਹੋਇਆ ਸੀ, ਵੱਡੀ ਗਿਣਤੀ ਦੇ ਵਿੱਚ ਬੱਚੇ ਸੀਗੇ। ਸਾਡੇ ਲਈ ਮਾਣ ਦੀ ਗੱਲ ਹੈਗੀ ਆ ਕਿ ਇੱਕ ਸਕੂਲ ਦਾ ਨਾਮ ਇਸ ਤਰ੍ਹਾਂ ਦਾ ਹੈ, ਔਰ ਦੂਸਰਾ ਅਸੀਂ ਬੱਚਿਆਂ ਨੂੰ ਇਸ ਲਈ ਵੀ ਮੋਟੀਵੇਟ ਕਰਦੇ ਹਾਂ ਕਿ ਉਹ ਟਰਬਨ ਵੀ ਬਣਨ ਔਰ ਇਸ ਕੰਪੀਟੀਸ਼ਨਾਂ ਨੂੰ ਜਿੱਤਣ ਵੀ। ਇਸੇ ਤਰ੍ਹਾਂ ਅਲੱਗ ਅਲੱਗ ਕੰਪੀਟੀਸ਼ਨ ਹਰੇਕ ਭਾਗ ਲੈਂਦੇ ਆ ਬੱਚੇ, ਜਿੱਤ ਕੇ ਲੈ ਕੇ ਆਉਂਦੇ ਆ ਜੀ। ਟੀਚਰਸ ਵੈਲ ਕੁਆਲੀਫਾਈਡ ਟੀਚਰਸ ਹਨ ਜੀ, ਉਹਨਾਂ ਨੂੰ ਕੁਛ ਜੋ ਸਾਡਾ ਅਸੀਂ ਮੋਟਿਵ ਰੱਖਦੇ ਨਾ ਵੀ ਸਾਡੇ ਕੋਲ ਹਰ ਇੱਕ ਲੈਵਲ ਦਾ ਬੱਚਾ ਆਉਂਦਾ ਗਾ। ਇਹ ਸਾਡੇ ਸਕੂਲ ਦਾ ਮੋਟਿਵ ਨਹੀਂ ਹੈ ਵੀ ਅਸੀਂ ਪਹਿਲਾਂ ਉਹਨਾਂ ਦਾ ਇਗਜ਼ਾਮ ਲਈਏ ਔਰ ਅਸੀਂ ਫਿਰ ਬੱਚੇ ਨੂੰ ਇੱਥੇ ਰੱਖੀਏ, ਦਾਖਲਾ ਦੇਈਏ। ਅਸੀਂ ਮਤਲਬ ਕਿ ਇਸ ਲਈ ਕੋਸ਼ਿਸ਼ ਕਰ ਰਹੇ ਹਾਂ ਵੀ ਕਿਹੋ ਜਿਹਾ ਵੀ ਬੱਚਾ ਆਵੇ ਅਸੀਂ ਉਸਨੂੰ ਚਲਾਉਣ ਦੇ ਸਮਰੱਥ ਹਾਂ।
ਅਗਰ ਪੇਰੈਂਟਸ ਉਸਦਾ ਥੋੜ੍ਹਾ ਸਾਥ ਦੇਣ ਬੱਚੇ ਦਾ, ਟਾਈਮ ਟੂ ਟਾਈਮ ਸਾਡੇ ਨਾਲ ਸਕੂਲ 'ਚ ਵਿਜ਼ਿਟ ਕਰਨ, ਸਾਨੂੰ ਮਿਲਣ, ਤਾਂ ਕਿਸੇ ਤਰ੍ਹਾਂ ਦਾ ਵੀ ਬੱਚਾ ਆਏਗਾ ਤਾਂ ਸਾਡੇ ਕੋਲ ਜ਼ਰੂਰ ਚੱਲੇਗਾ। ਇਸ ਦੇ ਲਈ ਅਸੀਂ ਸਮੇਂ ਸਮੇਂ 'ਤੇ ਆਪਣੇ ਟੀਚਰ ਸਾਹਿਬਾਨਾਂ ਨੂੰ ਮੋਟੀਵੇਟ ਕਰਦੇ ਹਾਂ, ਜਿਹੜੀਆਂ ਉਹਨਾਂ ਦੀਆਂ ਕੁਆਲਿਟੀਜ਼ ਹੈਗੀਆਂ, ਉਹਨਾਂ ਦੀ ਜਿਹੜੀ ਸੇਵਾ ਭਾਵਨਾ ਹੈਗੀ ਆ, ਉਹ ਬੱਚਿਆਂ ਤੱਕ ਠੀਕ ਢੰਗ ਨਾਲ ਪਹੁੰਚੇ, ਇਸ ਲਈ ਉਹਨਾਂ ਨੂੰ ਮੋਟੀਵੇਟ ਕੀਤਾ ਜਾਂਦਾ ਗਾ। ਔਰ ਮੈਂ ਆਪਣੇ ਟੀਚਰਸ ਲਈ ਐਪਰੀਸ਼ੀਏਟ ਕਰਦੀ ਹਾਂ ਸਾਰਿਆਂ ਨੂੰ, ਸਾਡੀ ਇਸ ਗੱਲ ਦੇ ਲਈ ਉਹ ਜੋਸ਼ ਸ਼ੋਰ ਦੇ ਨਾਲ ਆਪਣਾ ਜਿਹੜਾ ਉਹਨਾਂ ਦਾ ਬੈਸਟ ਹੁੰਦਾ ਗਾ ਉਹ ਬੱਚਿਆਂ ਨੂੰ ਦਿੰਦੇ ਆ। ਮੋਰਨਿੰਗ ਅਸੈਂਬਲੀ ਦੇ ਵਿੱਚ ਉਸਦਾ ਇੱਕ ਪਾਰਟ ਹੈ ਵੀ ਜੋ ਵੀ ਕੋਈ ਆਪਣਾ ਦਿਨ ਤਿਉਹਾਰ ਹੁੰਦਾ ਹੈ ਬੱਚਿਆਂ ਨੂੰ ਉਹਨਾਂ ਦੇ ਲਈ ਅਵੇਅਰ ਕੀਤਾ ਜਾਂਦਾ ਗਾ, ਅਤੇ ਉਸਦੇ ਕਿਵੇਂ ਮਨਾਉਣਾ ਚਾਹੀਦਾ, ਕਿਉਂ ਮਨਾਉਣਾ ਚਾਹੀਦਾ ਗਾ, ਇਸ ਦੇ ਬਾਰੇ ਵੀ ਬੱਚਿਆਂ ਨੂੰ ਦੱਸਿਆ ਜਾਂਦਾ ਗਾ। ਔਰ ਇਹ ਬੱਚਿਆਂ ਲਈ ਬਹੁਤ ਜ਼ਰੂਰੀ ਵੀ ਹੈ, ਇੱਕ ਤਾਂ ਉਹਨਾਂ ਦੀ GK ਇੰਪਰੂਵ ਹੁੰਦੀ ਹੈ, ਦੂਸਰਾ ਵੀ ਜਿਹੜਾ ਸਾਡਾ ਆਪਸੀ ਭਾਈਚਾਰਾ ਹੈ ਅਸੀਂ ਇਸਨੂੰ ਕਿਵੇਂ ਡਿਵੈਲਪ ਕਰ ਸਕਦੇ ਹਾਂ, ਇੱਕ ਦੂਸਰੇ ਦੇ ਤਿਉਹਾਰਾਂ ਬਾਰੇ ਜਾਣਨਾ, ਲੈਂਗੁਏਜ ਬਾਰੇ ਜਾਣਨਾ, ਔਰ ਇਹ ਗੱਲਾਂ ਜੇ ਬੱਚਿਆਂ ਨੂੰ ਸਹਿਜੇ ਹੀ ਦਿੱਤੀਆਂ ਜਾਣ ਜਾਂ ਸਿਖਾਈਆਂ ਜਾਣ ਤਾਂ ਉਹਨਾਂ ਦੇ ਜੋ ਵਤੀਰਾ ਹੈ ਜਾਂ ਵੱਡੇ ਹੋ ਕੇ ਜੋ ਹੁਣ ਆਪਾਂ ਸੁਸਾਇਟੀ ਦੇ ਵਿੱਚ ਦੇਖ ਰਹੇ ਹਾਂ ਕੁਛ ਗਲਤ ਅੰਸਰਾਂ ਦੀ ਵਜ੍ਹਾ ਕਰਕੇ ਕੁਛ ਵਾਪਰਦਾ ਹੈ, ਤਾਂ ਅਸੀਂ ਇਹਨਾਂ ਬੱਚਿਆਂ ਦੇ ਵਿੱਚ ਉਹ ਚੀਜ਼ਾਂ ਭਰ ਕੇ ਇਹਨਾਂ ਚੀਜ਼ਾਂ ਨੂੰ ਅਸੀਂ ਰੋਕ ਸਕਦੇ ਹਾਂ। ਇਹ ਇੱਕ ਸਾਡੀ ਵੀ ਕੋਸ਼ਿਸ਼ ਹੈ ਕਿ ਬੱਚਿਆਂ ਨੂੰ ਸਮੇਂ ਸਮੇਂ 'ਤੇ ਹਰ ਇੱਕ ਤਰ੍ਹਾਂ ਦੇ ਤਿੱਥ ਤਿਉਹਾਰ ਵੇਲੇ ਜਾਂ ਉਹਨਾਂ ਨੂੰ ਇਸ ਤਰ੍ਹਾਂ ਗਾਈਡੈਂਸ ਦਿੱਤੀ ਜਾਵੇ। ਹਾਂਜੀ, ਮੇਰੇ ਨਾਲ ਇਸ ਗੱਲੋਂ ਮੇਰੇ ਨਾਲ ਪੇਰੈਂਟਸ ਵੀ ਬਹੁਤ ਜੁੜੇ ਹੋਏ ਹਨ ਸਾਡੀ ਇਸ ਇਕੁਆਲਿਟੀ ਕਰਕੇ, ਕਿਉਂਕਿ ਟੀਚਰਸ ਦਾ ਬੱਚਿਆਂ ਦੇ ਨਾਲ ਰਿਲੇਸ਼ਨ ਬਹੁਤ ਨੇੜੇ ਦਾ ਹੈ। ਟੀਚਰਸ ਦਾ ਤਾਂ ਹੋਣਾ ਹੀ, ਮੇਰਾ ਵੀ ਕਾਫੀ ਨੇੜੇ ਦਾ ਹੈ, ਬੱਚੇ ਮੇਰੇ ਤੋਂ ਵੀ ਨਾ ਇਸ ਤਰ੍ਹਾਂ ਫੀਲ ਨਹੀਂ ਕਰਦੇ ਹੈਗੇ ਜਿਸ ਤਰ੍ਹਾਂ ਇੱਕ ਹੋਊਆ ਹੁੰਦਾ ਵੀ ਪ੍ਰਿੰਸੀਪਲ ਹੈ, ਉਸ ਤਰ੍ਹਾਂ ਦਾ ਮਾਹੌਲ ਨਹੀਂ ਹੈ, ਇੱਕ ਫਰੈਂਡਲੀ ਸਾਡਾ ਸਰਕਲ ਚੱਲਦਾ ਹੈਗਾ ਗਾ। ਔਰ ਅਸੀਂ ਬੱਚਿਆਂ ਨੂੰ ਪਲੇਵੇ ਮੈਥਡ ਦੇ ਰਾਹੀਂ ਔਰ ਖੇਡ ਜਿਸ ਤਰ੍ਹਾਂ ਹੋਰ ਛੋਟੀਆਂ ਛੋਟੀਆਂ ਐਕਟੀਵਿਟੀਜ਼ ਦੇ ਰਾਹੀਂ ਬੱਚਿਆਂ ਨੂੰ ਟੀਚ ਕਰਦੇ ਹੈਗੇ ਹਾਂ, ਔਰ ਬੱਚਿਆਂ ਦੀ ਜਿਹੜੀ ਕੁਆਲਿਟੀ ਹੈਗੀ ਉਹਨਾਂ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕਰਦੇ ਹਾਂ, ਅਤੇ ਪੇਰੈਂਟਸ ਸਾਡੇ ਨਾਲ ਇਸ ਗੱਲੋਂ ਖੁਸ਼ ਹਨ ਜੀ ਕਾਫੀ। ਪ੍ਰਿੰਸੀਪਲ ਮੈਡਮ, ਜਿਸ ਤਰੀਕੇ ਨਾਲ ਤੁਸੀਂ ਆਪਣੀ ਜ਼ਿੰਦਗੀ ਦਾ ਸਫ਼ਰ ਜਿਹੜਾ ਹੈਗਾ ਲੰਬਾ ਇੱਥੇ ਗੁਜ਼ਾਰਿਆ ਔਰ ਇੰਨੀ ਕੁਆਲੀਫਾਈਡ ਹੋ ਕੇ ਸੇਵਾ ਕੀਤੀ ਹੈ, ਕੀ ਕਹਿਣਾ ਚਾਹੋਗੇ ਕਿ ਅੱਜ ਅਗਰ ਕੋਈ ਵਿੱਦਿਆ ਦਾ ਦਾਨ ਔਰ ਉਸ ਚੀਜ਼ ਨੂੰ ਜਿੱਦਾਂ ਗੁਰੂ ਕਾਂਸ਼ੀ ਦੀ ਸਿੱਖਿਆ ਤੁਸੀਂ ਦੇ ਕੇ ਆਪਣੇ ਆਪ ਨੂੰ ਬੜੀ ਮਿਹਨਤ ਕੀਤੀ ਹੈ, ਕੀ ਕਹਿਣਾ ਚਾਹੋਗੇ ਕਿ ਅਗਰ ਆਪਾਂ ਬੈਸਟ ਵੇ ਨਾਲ ਵੀ ਅੱਜ ਸਟੱਡੀ ਕਰਾਈਏ ਔਰ ਆਪਣਾ 100% ਦਈਏ ਜਿਸ ਤਰੀਕੇ ਨਾਲ ਵੈਲ ਜੋਬ ਨਾਲ ਜਸਟਿਸ ਕਰਨ ਦੀ ਆਪਾਂ ਗੱਲ ਕਰੀਏ ਟੀਚਰਸ ਨੂੰ, ਕੀ ਤੁਹਾਡਾ ਮੈਸੇਜ ਰਹੂਗਾ ਸਾਡੇ ਦੇਖਣ ਵਾਲੇ ਦਰਸ਼ਕਾਂ ਨੂੰ ਔਰ ਉਹਨਾਂ ਸਕੂਲਸ ਨੂੰ ਵੀ ਜਿਹੜੇ ਅੱਜ ਆਪਣੇ ਨਵੇਂ ਵੀ ਹੋ ਚਾਹੇ ਆ ਪੁਰਾਣੇ ਵੀ ਹੋਣ ਚਾਹੇ ਹੈਗੇ ਆ, ਕੀ ਤੁਹਾਡਾ ਇੱਕ ਮੈਸੇਜ ਰਹੂ? ਮੇਰਾ ਮੈਸੇਜ ਤਾਂ ਜੀ ਬਾਬੇ ਨਾਨਕ ਵਾਲਾ ਹੀ ਹੈ, ਠੀਕ ਹੈ ਜੀ, ਨਾਮ ਜਪੋ, ਵੰਡ ਛਕੋ, ਕਿਰਤ ਕਰੋ। ਜੇ ਅਸੀਂ ਕਿਰਤ ਵਾਲੇ ਪੱਖੋਂ ਆਪੋ ਆਪਣੇ ਕਿੱਤਿਆਂ ਦੇ ਨਾਲ ਅਸੀਂ ਇਮਾਨਦਾਰੀ ਕਰਾਂਗੇ ਤਾਂ ਇਸ ਤੋਂ ਵੱਡਾ ਕੋਈ ਵੀ ਕਿਰਤ ਨਹੀਂ ਹੋਊਗੀ। ਮੈਂ ਸਾਰਿਆਂ ਨੂੰ ਇਹੀ ਮੈਸੇਜ ਦੇਣਾ ਚਾਹੁੰਦੀ ਹਾਂ ਕਿ ਉਹ ਪਰਮਾਤਮਾ ਦੇ ਨਾਲ ਜੁੜਨ ਔਰ ਆਪਣੇ ਆਪਣੇ ਕਿੱਤੇ ਦੇ ਨਾਲ ਇਮਾਨਦਾਰੀ ਦੇ ਨਾਲ ਪੇਸ਼ ਆਉਣ। ਅਗਰ ਅਸੀਂ ਸਾਰੇ ਹੀ ਆਪੋ ਆਪਣੇ ਫਰਜ਼ ਪਛਾਣ ਲਵਾਂਗੇ ਤਾਂ ਮੈਨੂੰ ਨਹੀਂ ਲੱਗਦਾ ਵੀ ਸਮਾਜ ਨੂੰ ਚੰਗਾ ਹੋਣ ਦੇ ਵਿੱਚ ਕੋਈ ਦੇਰ ਲੱਗੇਗੀ। ਅਸੀਂ ਆਪਣੇ ਸਮਾਜ ਨੂੰ, ਆਪਣੇ ਪੰਜਾਬ ਨੂੰ ਸੋਹਣਾ ਅਤੇ ਇਸਦਾ ਸਾਫ਼ ਸੁਥਰਾ ਅਕਸ਼ ਬਣਾਉਣ ਦੇ ਲਈ ਆਪੋ ਆਪਣੇ ਕਿੱਤੇ ਦੇ ਨਾਲ ਇਨਸਾਫ ਕਰੀਏ। ਕੋਈ ਵੀ ਸੰਸਥਾ ਦੇ ਰਾਈਜ਼ਿੰਗ ਦੇ ਵਿੱਚ ਸਭ ਤੋਂ ਵੱਡਾ ਰੋਲ ਹੈਗਾ ਜਿਹੜਾ ਉੱਥੋਂ ਦੇ ਸਟਾਫ ਦਾ, ਟੀਚਰਸ ਦਾ, ਔਰ ਪ੍ਰਿੰਸੀਪਲ ਮੈਡਮ ਸਾਡੇ ਨਾਲ ਗੱਲ ਕਰ ਰਿਹਾ। ਮੈਡਮ, ਕੀ ਕਹਿਣਾ ਚਾਹੋ? ਸੰਸਥਾ ਦੇ ਵਿਕਾਸ ਦੇ ਵਿੱਚ ਟੀਚਰਸ ਦਾ ਬਹੁਤ ਵੱਡਾ ਸਹਿਯੋਗ ਹੁੰਦਾ ਹੈ। ਮੈਨੂੰ ਆਪਣੇ ਅਧਿਆਪਕ ਸਾਹਿਬਾਨਾਂ 'ਤੇ ਬਹੁਤ ਹੀ ਮਾਣ ਹੈ ਜਿਹੜੇ ਕਿ ਇਸ ਸੰਸਥਾ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਚੱਲ ਰਹੇ ਆ ਔਰ ਆਪਣਾ ਬੈਸਟ ਇੱਥੋਂ ਦੇ ਸਟੂਡੈਂਟਸ ਨੂੰ ਦਿੰਦੇ ਆ, ਜਿਸ ਕਰਕੇ ਸਾਡੇ ਰਿਜ਼ਲਟ ਅੱਛੇ ਆਉਣ ਦੇ ਨਾਲ ਸਾਡੇ ਕੋਲ ਐਡਮਿਸ਼ਨਸ ਵੀ ਅੱਛੀ ਹੁੰਦੀ ਹੈ ਔਰ ਪੇਰੈਂਟਸ ਵੀ ਇਸ ਕਾਰਗੁਜ਼ਾਰੀ 'ਤੇ ਖੁਸ਼ ਹਨ ਜਿਹੜੇ ਕਿ ਅੱਛੇ ਨੰਬਰ ਪ੍ਰਾਪਤ ਕਰਨ ਦੇ ਲਈ ਪਲੱਸ ਟੂ ਦੇ ਵਿੱਚ ਸਾਡੇ ਕੋਲ ਵੱਡੀ ਗਿਣਤੀ ਦੇ ਵਿੱਚ ਬੱਚਿਆਂ ਨੂੰ ਇੱਥੇ ਲੈ ਕੇ ਆਉਂਦੇ ਆ ਔਰ ਇਹ ਸਾਰਾ ਸਿਰਾ ਸਾਡੇ ਮਿਹਨਤੀ ਸਟਾਫ ਦੇ ਸਿਰ 'ਤੇ ਹੀ ਹੈ ਔਰ ਮੈਂ ਇਹਨਾਂ ਦੀ ਬਹੁਤ ਬਹੁਤ ਧੰਨਵਾਦੀ ਹਾਂ ਔਰ ਆਪਣੇ ਅਧਿਆਪਕ ਸਾਹਿਬਾਨਾਂ ਨੂੰ ਐਪਰੀਸ਼ੀਏਟ ਕਰਦੀ ਹਾਂ ਕਿ ਉਹ ਆਪਣੀ ਬਹੁਤ
ਮਿਹਨਤ ਦੇ ਨਾਲ ਸਾਡੀ ਸੰਸਥਾ ਦਾ ਸਾਥ ਦੇ ਰਹੇ ਹਨ। ਇੱਥੇ ਬਣਿਆ ਹੋਇਆ ਜਿਸ ਤਰੀਕੇ ਦਾ ਐਟਮੋਸਫੀਅਰ ਹੈ ਔਰ ਪੋਜ਼ਿਟਿਵਿਟੀ ਜਿਹੜੀ ਸਭ ਤੋਂ ਵੱਡੀ ਗੱਲ ਹੈਗੀ ਹੈ ਸਕੂਲ ਦੇ ਵਿੱਚ ਹੈਗੀ ਆ, ਤੁਸੀਂ ਐਜ਼ ਏ ਟੀਚਰ ਕੀ ਕਹਿਣਾ ਚਾਹੋਗੇ? ਸਰ ਬੀਇੰਗ ਏ ਟੀਚਰ ਮੈਂ ਕਹਿਣਾ ਚਾਹੂੰਗੀ ਕਿ ਇੱਥੇ ਸਭ ਤੋਂ ਪਹਿਲਾਂ ਤਾਂ ਪੋਜ਼ਿਟਿਵ ਜਿਹੜਾ ਹੈ ਉਹ ਸਾਡੇ ਪ੍ਰਿੰਸੀਪਲ ਮੈਡਮ ਰਣਜੀਤ ਕੌਰ ਨੇ, ਜਿਹੜੇ ਕਿ ਹਰ ਕਦਮ 'ਤੇ ਸਾਨੂੰ ਗਾਈਡ ਕਰਦੇ ਨੇ ਔਰ ਜਿਸ ਤਰ੍ਹਾਂ ਦੀ ਵੀ ਸਾਨੂੰ ਫੈਸਿਲਿਟੀ ਦੀ ਲੋੜ ਹੁੰਦੀ ਹੈ, ਮੇਨਲੀ ਹੁੰਦਾ ਕਿ ਇੰਫਰਾਸਟਰਕਚਰ ਹੈ ਨਾ, ਉਹ ਸਾਰਾ ਪ੍ਰੋਵਾਈਡ ਕੀਤਾ ਜਾਂਦਾ ਹੈ। ਸਮਾਰਟ ਕਲਾਸਰੂਮ ਹੈ, ਸਾਰੇ ਟੀਚਰ ਸਰ ਅਸੀਂ ਐਜ਼ ਅ ਟੀਮ ਕੰਮ ਕਰਦੇ ਹਾਂ। ਹਾਂਜੀ, ਸਤਿ ਸ਼੍ਰੀ ਅਕਾਲ ਸਾਰਿਆਂ ਤੋਂ ਪਹਿਲਾਂ ਤਾਂ ਦੇਖੋ, ਗੁਰੂ ਕਾਸ਼ੀ ਸਕੂਲ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਮਤਲਬ ਸਿੱਖਿਆ ਦਾ ਅਦਾਰਾ ਹੈ, ਬਠਿੰਡਾ ਦੇ ਵਿੱਚ ਬਹੁਤ ਫੇਮਸ ਹੈ, ਜਿੱਥੇ ਕਿ ਮਤਲਬ ਇੱਕ ਟੀਚਿੰਗ ਦੇ ਨਾਲ ਨਾਲ ਮੋਰਲ ਵੈਲਿਊਜ਼ ਹੈ ਜਿਹੜੀਆਂ ਉਹ ਰੂਟੀਨ ਦੇ ਵਿੱਚ ਹੀ ਪ੍ਰੇਅਰ ਦੇ ਟਾਈਮ ਸਿਖਾਈਆਂ ਜਾਂਦੀਆਂ, ਚਾਹੇ ਉਹ ਕੋਈ ਟੀਚਰ ਹੈ ਜਾਂ ਸਾਡੇ ਪ੍ਰਿੰਸੀਪਲ ਮੈਮ ਰਣਜੀਤ ਕੌਰ ਹੈ, ਜਿਨ੍ਹਾਂ ਤੋਂ ਕਿ ਸਾਨੂੰ ਸਿੱਖਣ ਲਈ ਬਹੁਤ ਕੁਛ ਨਵਾਂ ਮਿਲਦਾ ਹੈ। ਇਸ ਤੋਂ ਇਲਾਵਾ ਜਿਹੜੀ ਫਾਈਨੈਂਸ਼ੀਅਲ ਸਪੋਰਟ ਕੀਤੀ ਜਾਂਦੀ ਹੈ ਬੱਚਿਆਂ ਨੂੰ, ਉਹ ਸਭ ਤੋਂ ਜ਼ਿਆਦਾ ਡਿਫਰੈਂਟ ਹੈ ਸਾਡੇ ਸਕੂਲ ਦਾ ਮੇਨ ਪਾਰਟ ਹੈ ਕਿ ਅਸੀਂ ਫਾਈਨੈਂਸ਼ੀਅਲੀ ਵੀ ਬੱਚਿਆਂ ਦੀ ਮਦਦ ਕਰਦੇ ਹਾਂ, ਚਾਹੇ ਉਹ ਕਿਸੇ ਐਨ ਜੀ ਓ ਦੀ ਮਦਦ ਨਾਲ ਜਾਂ ਮੈਡਮ ਹੈ ਆਪਣੇ ਆਪ ਤੋਂ ਹੀ ਕੁਛ ਨਾ ਕੁਛ ਅਰੇਂਜ ਕਰਕੇ ਕਰਦੇ ਹੈ, ਤਾਂ ਉਹ ਬਹੁਤ ਵੱਡੀ ਵੈਲਿਊਏਬਲ ਥਿੰਗ ਹੈ ਜੋ ਕਿ ਬੱਚਿਆਂ ਨੂੰ ਪ੍ਰੋਵਾਈਡ ਕੀਤੀ ਜਾ ਰਹੀ ਹੈ। ਬਾਕੀ ਸਾਰਾ ਸਟਾਫ ਹੈ, ਅਸੀਂ ਬਹੁਤ ਮਿਹਨਤ ਕਰਦੇ ਹਾਂ ਤਾਂ ਕਿ ਬੱਚਿਆਂ ਦੇ ਰਿਜ਼ਲਟ ਹੈ ਜਿਹੜੇ ਵਧੇ ਵਧੀਆ ਆ ਸਕਣ। ਸਤਿ ਸ਼੍ਰੀ ਅਕਾਲ, ਜਿਹੜਾ ਸਾਡਾ ਸਕੂਲਾਂ ਦੇ ਸਟਾਫ ਆ ਜਿਹੜਾ ਬਹੁਤ ਮਿਹਨਤੀ ਹੈਗਾ, ਅਸੀਂ ਸਾਰੇ ਜਾਣੇ ਪ੍ਰਿੰਸੀਪਲ ਮੈਡਮ ਦੀ ਗਾਈਡੈਂਸ ਦੇ ਵਿੱਚ ਸਾਰੇ ਜਾਣੇ ਕੰਮ ਕਰਦੇ ਹਾਂ। ਅਸੀਂ ਨੈਤਿਕ ਤੌਰ 'ਤੇ ਵੀ ਸਿੱਖਿਆ ਦਿੰਦੇ ਹਾਂ ਬੱਚਿਆਂ ਨੂੰ, ਮੋਰਲੀ ਵੀ ਸਿੱਖਿਆ ਦਿੰਦੇ ਹਾਂ। ਦੂਸਰੀ ਗੱਲ ਇਹ ਆ, ਸਾਰਾ ਸਟਾਫ ਆ ਜਿਹੜਾ ਬਹੁਤ ਮਿਹਨਤ ਕਰਦਾ ਹੈਗਾ, ਅਸੀਂ ਆਪਦੇ ਕੰਨਿਓਂ ਕਿਸੇ ਕਿਸਮ ਦੀ ਕੋਈ ਕਮੀ ਪੇਸ਼ੀ ਨਹੀਂ ਛੱਡਦੇ। ਦੂਸਰੀ ਗੱਲ ਇਹ ਹੈਗੀ, ਸਾਡੇ ਰਿਜ਼ਲਟ ਆ ਜਿਹੜੇ 100% ਆਉਂਦੇ ਹੈਗੇ, ਸਾਡੀ ਸੰਸਥਾ ਦਾ ਨਾਂ ਜਿਹੜਾ ਸਾਰੇ ਬਠਿੰਡੇ ਜ਼ਿਲ੍ਹੇ ਦੇ ਵਿੱਚ ਹੈਗਾ, ਹੋਰ ਸਭ ਠੀਕ ਠਾਕ ਹੈ। ਹਾਂਜੀ, ਵੈਸੇ ਸਾਨੂੰ ਸਾਰੇ ਸਕੂਲ ਦੇ ਵਿੱਚ ਸਾਰੇ ਸਟਾਫ ਨੂੰ ਇੱਥੇ ਇੱਕ ਪਰਿਵਾਰ ਵਰਗਾ ਮਾਹੌਲ ਮਿਲਦਾ। ਮੈਂ ਸੂਰਜ ਰਾਏ ਐਜ਼ ਏ ਅਕਾਊਂਟੈਂਟ ਇੱਥੇ ਡਿਊਟੀ ਕਰ ਰਿਹਾ ਜੀ, ਅਤੇ ਸਾਡਾ ਸਕੂਲ ਦਾ ਸਟਾਫ ਸਾਰਾ ਹੀ ਬਹੁਤ ਕੋਪਰੇਟਿਵ ਹੈ, ਜਿਹੜਾ ਬੱਚਿਆਂ ਨਾਲ ਅਤੇ ਆਪਦੇ ਸਟਾਫ ਨਾਲ ਬਹੁਤ ਜ਼ਿਆਦਾ ਕੋਪਰੇਟ ਕਰਕੇ ਚੱਲਦਾ, ਅਤੇ ਕਿਸੇ ਤਰ੍ਹਾਂ ਦੀ ਕੋਈ ਵੀ ਬੱਚੇ ਨੂੰ ਮੁਸ਼ਕਲ ਆਉਂਦੀ ਹੈ ਉਹਦਾ ਸਾਡੇ ਪ੍ਰਿੰਸੀਪਲ ਮੈਮ ਜਾਂ ਸਟਾਫ ਬਹੁਤ ਹੀ ਕੋਪਰੇਟ ਕਰਦੇ ਨੇ। ਉਹਨੂੰ ਕਿਸੇ ਫਾਈਨੈਂਸ਼ੀਅਲ ਪੋਜੀਸ਼ਨ ਦੇ ਵਿੱਚ ਕੋਈ ਆ ਕੇ ਬੱਚਾ ਨਹੀਂ ਇਗਜ਼ਾਮ ਦਿੰਦਾ ਤਾਂ ਉਹਦੀ ਵੀ ਹੈਲਪ ਕਰਦੇ ਹੈ, ਵਰਦੀਆਂ ਯੂਨੀਫੋਰਮਸ ਜਾਂ ਸ਼ੂਜ਼ ਜੋ ਵੀ ਹੈ, ਕਿਸੇ ਤਰ੍ਹਾਂ ਦੀ ਬੁੱਕਸ ਵਗੈਰਾ ਨਾਲ ਜੋ ਵੀ ਹੈਲਪ ਹੋਣੀ ਚਾਹੀਦੀ ਹੈ ਉਹ ਸਾਡੇ ਪ੍ਰਿੰਸੀਪਲ ਅਤੇ ਸਾਡੀ ਸੰਸਥਾ ਕਰਦੀ ਹੈ। ਮੈਂ ਗੁਰੂ ਕਾਸ਼ੀ ਪਬਲਿਕ ਸੀਨੀਅਰ ਸੈਕੰਡਰੀ ਸਕੂਲ 'ਚ ਟੀਚਰ ਦੇ ਤੌਰ 'ਤੇ ਕੰਮ ਕਰ ਰਹੀ ਹਾਂ। ਇੱਥੇ ਜਿਹੜਾ ਸਕੂਲ ਦਾ ਮਾਹੌਲ ਆ ਉਹ ਬਹੁਤ ਵਧੀਆ ਹੈਗਾ, ਸਾਰੇ ਅਸੀਂ ਟੀਮ ਦੇ ਤੌਰ 'ਤੇ ਕੰਮ ਕਰ ਰਹੀ ਹਾਂ, ਅਤੇ ਮੈਂ ਪਿਛਲੇ 3.5 ਸਾਲ ਤੋਂ ਇੱਥੇ ਜੋਬ ਕਰ ਰਹੀ ਹਾਂ ਅਤੇ ਮੈਂ ਬਹੁਤ ਖੁਸ਼ ਹਾਂ। ਥੈਂਕ ਯੂ। ਗੁਰੂ ਕਾਸ਼ੀ ਸਕੂਲ ਦੇ ਵਿੱਚ ਮੈਂ ਬੜੀ ਗਰੁੱਪ ਦਾ ਇੰਚਾਰਜ ਹਾਂ, ਉਹਦੇ ਵਿੱਚ ਅਸੀਂ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਸਿਖਾਉਂਦੇ ਹਾਂ, ਜਿਹਦੇ ਨਾਲ ਸਾਰੇ ਬੱਚਿਆਂ ਦਾ ਭਵਿੱਖ ਉਜਵਲ ਹੋ ਸਕੇ। ਕੋਈ ਵੀ ਬੱਚਾ ਨਸ਼ੇ ਅਤੇ ਗਲਤ ਸੰਗਤ ਦੇ ਵਿੱਚ ਪੈ ਕੇ ਕੋਈ ਗਲਤ ਕਦਮ ਨਾ ਉਠਾਏ, ਇਸ ਲਈ ਅਸੀਂ ਉਹਨਾਂ ਨੂੰ ਹਮੇਸ਼ਾ ਜਾਗਰੂਕ ਕਰਦੇ ਰਹਿੰਦੇ ਹਾਂ। ਪਰਮਜੀਤ ਕੌਰ, 14 ਸਾਲ ਤੋਂ ਇਸ ਸਕੂਲ ਦੇ ਵਿੱਚ ਸੇਵਾ ਕਰ ਰਹੀ ਹਾਂ ਜੀ। ਇੱਥੇ ਬੱਚਿਆਂ ਨੂੰ ਬਹੁਤ ਵਧੀਆ ਸਿੱਖਿਆ ਦਿੱਤੀ ਜਾਂਦੀ ਹੈ, ਸਾਡੇ ਮੈਡਮ ਰਣਜੀਤ ਕੌਰ ਜਿਹੜੇ ਕਿ ਸਾਡੇ ਪਰਿਵਾਰ ਵਾਂਗ ਸਾਡੇ ਨਾਲ ਸਾਨੂੰ ਸੇਧ ਦਿੰਦੇ ਹੈ, ਉਸ ਤਰ੍ਹਾਂ ਬੱਚਿਆਂ ਦੀ ਪੂਰੀ ਡਰੈਸ ਦੇ ਪੱਖੋਂ, ਬੁੱਕਸ ਪੱਖੋਂ, ਜੋ ਗਰੀਬ ਬੱਚੇ ਆ ਜੋ ਫੀਸ ਨਹੀਂ ਭਰ ਸਕਦੇ ਉਹਨਾਂ ਦੀ ਪੂਰੀ ਉਹਨਾਂ ਦੀ ਹੈਲਪ ਕੀਤੀ ਜਾਂਦੀ ਹੈ, ਤਾਂ ਕਿ ਗਰੀਬ ਬੱਚੇ ਜਿਹੜੇ ਵਿੱਦਿਆ ਤੋਂ ਵਾਂਝੇ ਰਹਿ ਜਾਂਦੇ ਆ ਵੀ ਉਹਨਾਂ ਨੂੰ ਸਿੱਖਿਆ ਮਿਲ ਸਕੇ। ਅਸੀਂ ਆਸ ਕਰਦੇ ਹਾਂ ਕਿ ਇਹ ਗੁਰੂ ਕਾਸ਼ੀ ਸਕੂਲ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰੇ। ਸਤਿ ਸ਼੍ਰੀ ਅਕਾਲ ਜੀ, ਮੈਂ ਗੁਰੂ ਕਾਸ਼ੀ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦੇ ਵਿੱਚ ਪਿਛਲੇ 4 ਸਾਲਾਂ ਤੋਂ ਸਾਇੰਸ ਟੀਚਰ ਦੇ ਤੌਰ 'ਤੇ ਕੰਮ ਕਰ ਰਹੀ ਹਾਂ। ਇੱਥੇ ਬੱਚਿਆਂ ਨੂੰ ਜਿਹੜਾ ਸਾਇੰਸ ਵਿਸ਼ਾ ਹੈਗਾ ਉਹ ਐਕਟੀਵਿਟੀਜ਼ ਦੇ ਨਾਲ ਪੜ੍ਹਾਇਆ ਜਾਂਦਾ ਹੈਗਾ, ਜਿਹਦੇ ਨਾਲ ਉਹਨੂੰ ਇੰਟਰਸਟਡ ਬਣਾਉਣ ਦੀ ਪੂਰੀ ਕੋਸ਼ਿਸ਼ ਕੀਤੀ ਜਾਂਦੀ ਹੈ। ਇੱਥੇ ਫਿਜ਼ਿਕਸ, ਕੈਮਿਸਟਰੀ ਅਤੇ ਬਾਇਓ ਲੈਬਸ ਦਾ ਅਲੱਗ ਤੋਂ ਪੂਰਾ ਪ੍ਰਬੰਧ ਹੈ, ਅਤੇ ਬੱਚਿਆਂ ਨੂੰ ਪ੍ਰੋਪਰਲੀ ਵੇ ਦੇ ਨਾਲ ਜਿਹੜਾ ਸਾਇੰਸ ਵਿਸ਼ਾ ਹੈਗਾ ਉਹ ਪੜ੍ਹਾਇਆ ਜਾਂਦਾ ਹੈ, ਅਤੇ ਇਸ ਨਾਲ ਮੇਰੇ ਬਾਕੀ ਟੀਚਰ ਨਿਮਰਤ ਮੈਮ ਬਾਇਓ ਦੇ ਟੀਚਰ ਨੇ ਅਤੇ ਸੰਦੀਪ ਸਰ ਕੈਮਿਸਟਰੀ ਦੇ ਟੀਚਰ ਵੀ ਸਾਡੀ ਪੂਰੀ ਮਦਦ ਕਰਦੇ ਨੇ। ਮੈਂ ਨਿਮਰਤ ਕੌਰ ਐਜ਼ ਅ ਲੈਕਚਰਰ ਬੋਟਨੀ ਇੱਥੇ ਜੋਬ ਕਰ ਰਹੀ ਹਾਂ ਗੁਰੂ ਕਾਸ਼ੀ ਪਬਲਿਕ ਸਕੂਲ ਦੇ ਵਿੱਚ। ਮੈਨੂੰ ਪਿਛਲੇ 1.5 ਸਾਲ ਤੋਂ ਇੱਥੇ ਕੰਮ ਕਰ ਰਹੀ ਹਾਂ, ਮੈਨੂੰ ਬਹੁਤ ਵਧੀਆ ਐਟਮੋਸਫੇਅਰ ਲੱਗਿਆ ਸਕੂਲ ਦਾ। ਇੱਥੇ ਬੱਚਿਆਂ ਨੂੰ ਬਹੁਤ ਵਧੀਆ ਸਿੱਖਿਆ ਦਿੱਤੀ ਜਾਂਦੀ ਹੈ, ਜਿਵੇਂ ਆਪਾਂ ਦੇਖਦੇ ਹਾਂ ਨੋਰਮਲੀ 11th 12th ਜਿਹੜੀ ਕਲਾਸ ਹੁੰਦੀ ਹੈ ਸਕੂਲਸ ਦੇ ਵਿੱਚ ਇੰਨੀ ਵਧੀਆ ਨਹੀਂ ਪੜ੍ਹਾਈ ਜਾਂਦੀ, ਪਰ ਅਸੀਂ ਇੱਥੇ ਬੱਚਿਆਂ 'ਤੇ ਪੂਰਾ ਧਿਆਨ ਦਿੰਦੇ ਹਾਂ ਅਤੇ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਰਿਜ਼ਲਟ ਆਪਣੇ 100% ਲੈ ਕੇ ਆਈਏ। ਜੀ, ਮੈਂ ਪਵਨਦੀਪ ਕੌਰ ਐਜ਼ ਇਕਨੋਮਿਕ ਲੈਕਚਰਰ ਸਕੂਲ ਦੇ ਵਿੱਚ ਜੋਬ ਕਰ ਰਹੀ ਹਾਂ। ਮੈਨੂੰ ਇਸ ਸਕੂਲ ਦੇ ਵਿੱਚ ਬੱਚਿਆਂ ਦੀ ਸੇਵਾ ਕਰਨ ਦਾ ਮੌਕਾ ਮਿਲਿਆ, ਮੈਂ ਆਪਣੇ ਆਪ ਨੂੰ ਬਹੁਤ ਹੀ ਸੁਭਾਗਾ ਮਹਿਸੂਸ ਕਰਦੀ ਹਾਂ। ਸਾਡੇ ਸਕੂਲ ਦਾ ਮਕਸਦ ਕੇਵਲ ਬੱਚਿਆਂ ਨੂੰ
ਕਿਤਾਬੀ ਗਿਆਨ ਦੇਣਾ ਹੀ ਨਹੀਂ, ਅਸੀਂ ਚਾਹੁੰਦੇ ਹਾਂ ਕਿ ਸਾਡੇ ਬੱਚੇ ਰਾਸ਼ਟਰ ਦੇ ਇੱਕ ਚੰਗੇ ਨਾਗਰਿਕ ਬਣ, ਉਹਨਾਂ ਨੂੰ ਪਤਾ ਲੱਗੇ ਕਿ ਦੁਨੀਆਂ ਦੇ ਵਿੱਚ ਕਿੱਦਾਂ ਵਿਚਰਨਾ, ਅਸੀਂ ਕਿੱਦਾਂ ਦੁਨੀਆਂ ਦੀ ਸੇਵਾ ਕਰਨੀ। ਮੇਰਾ ਨਾਮ ਮਨਦੀਪ ਸਿੰਘ ਹੈ, ਮੈਂ ਇੱਥੇ ਗੁਰੂ ਕਾਸ਼ੀ ਸਕੂਲ ਦੇ ਵਿੱਚ ਕੰਪਿਊਟਰ ਟੀਚਰ ਹਾਂ। ਇੱਥੇ ਬੱਚਿਆਂ ਨੂੰ ਪੜ੍ਹਾਈ ਦੇ ਨਾਲ ਨਾਲ ਕੰਪਿਊਟਰ ਦੀ ਸਿੱਖਿਆ ਵੀ ਦਿੱਤੀ ਜਾਂਦੀ ਹੈ, ਜੋ ਅੱਜ ਦੇ ਸਮੇਂ ਵਿੱਚ ਬਹੁਤ ਜ਼ਿਆਦਾ ਜ਼ਰੂਰੀ ਹੈ। ਬੱਚੇ ਕੰਪਿਊਟਰ ਸਿੱਖਿਆ ਨੂੰ ਬਹੁਤ ਹੀ ਵਧੀਆ ਤਰੀਕੇ ਨਾਲ ਸਿੱਖਦੇ ਹਨ। ਮੈਂ ਇਸ ਸੰਸਥਾ ਨਾਲ, ਮੈਂ ਹੀ ਨਹੀਂ, ਮੇਰੇ 5-7 ਸਾਥੀ ਹੋਰ ਵੀ ਜੁੜੇ ਹੋਏ ਨੇ, ਜੋ ਕਿ 10-12 ਸਾਲਾਂ ਤੋਂ ਲਗਾਤਾਰ ਕੰਮ ਕਰ ਰਹੇ ਹੈ। ਇਸ ਸਕੂਲ ਦੇ ਪ੍ਰਿੰਸੀਪਲ ਮੈਡਮ ਰਣਜੀਤ ਕੌਰ, ਜੋ ਕਿ ਸਾਨੂੰ ਸਮੇਂ ਸਮੇਂ 'ਤੇ ਸਾਡੀ ਬਹੁਤ ਹੀ ਸਪੋਰਟ ਕਰਦੇ ਹਨ। ਇਕੱਲਾ ਸਿੱਖਿਆ ਦਾ ਹੀ ਨਹੀਂ ਪੱਧਰ, ਦੂਸਰੇ ਵੀ ਖੇਤਰ 'ਚ ਸਾਡੇ ਸਕੂਲ ਨੇ ਬਹੁਤ ਮੱਲਾਂ ਮਾਰੀਆਂ ਨੇ, ਚਾਹੇ ਉਹ ਨੈਤਿਕ ਸਿੱਖਿਆ ਹੋਵੇ, ਖੇਡ ਗਤੀਵਿਧੀਆਂ ਹੋਣ, ਚਾਹੇ ਹੋਰ ਖੇਤਰ, ਸਾਡੇ ਬੱਚੇ ਦਾ ਨਾਮਣਾ ਕਮਾ ਕੇ ਲਿਆਉਂਦੇ ਨੇ, ਨਾਮਣਾ ਖੜਦੇ ਨੇ। ਐਕਟੀਵਿਟੀ ਵੀ ਕਰਾਈ ਜਾਂਦੀ ਹੈ, ਜਿਵੇਂ ਕਿ ਗਿੱਧਾ, ਭੰਗੜਾ ਅਤੇ ਹੋਰ ਵੀ ਐਕਟੀਵਿਟੀ। ਖੇਡਾਂ ਦੇ ਪ੍ਰਤੀ ਬੱਚਿਆਂ ਦਾ ਬਹੁਤ ਵਧੀਆ ਰੁਝਾਨ ਹੈ, ਜੋ ਕਿ ਨੈਸ਼ਨਲ ਪੱਧਰ 'ਤੇ ਖੇਡ ਕੇ ਆਉਂਦੇ ਆ ਬੱਚੇ। ਅਤੇ ਬਾਕੀ ਪੜ੍ਹਾਈ ਦੇ ਪੱਖੋਂ ਵੀ ਸਾਡਾ ਜਿਹੜਾ 60% ਜਿਹੜਾ ਹੈਗਾ ਆਪਣਾ ਰਿਜ਼ਲਟ ਆਉਂਦਾ, ਜੋ ਬਹੁਤ ਹੀ ਆਪਸ ਵੀ ਟੀਚਰ ਦਾ ਬੱਚਿਆਂ ਨਾਲ ਪ੍ਰਤੀ ਬਹੁਤ ਹੀ ਸਹਿਯੋਗ ਹੈ। ਬੱਚੇ ਵੀ ਟੀਚਰ ਦਾ ਬਹੁਤ ਮਾਣ ਸਨਮਾਨ ਕਰਦੇ ਨੇ, ਮੈਡਮ ਵੀ ਪ੍ਰਿੰਸੀਪਲ ਜਿਹੜੇ ਆ ਸਾਡੇ ਨਾਲ ਬਹੁਤ ਕੋਪਰੇਟ ਕਰਦੇ ਆ, ਸਮੇਂ ਸਮੇਂ 'ਤੇ ਸਾਡੀ ਅਗਵਾਈ ਕਰਦੇ ਨੇ। ਕੰਪਿਊਟਰ ਟੀਚਰ ਜਿਹੜੇ ਇੱਥੇ ਕੰਪਿਊਟਰ ਦੀ ਵਿੱਦਿਆ ਦੇ ਰਹੇ ਨੇ, ਕਿਉਂਕਿ ਅੱਜ ਕੱਲ੍ਹ ਕੰਪਿਊਟਰ ਦਾ ਯੁੱਗ ਹੈ ਔਰ ਇਹ ਕੰਪਿਊਟਰ ਦੀ ਵਿੱਦਿਆ ਦੇ, ਮੈਡਮ ਕੀ ਕਹਿਣਾ ਚਾਹੋਗੇ? I am so happy also part of this school, and our principal ma'am is the nature is very nice, and oh sadi har thaan te vi madad karde ha, je koi vi sanu problems vagaira aundiyan ne utthe vi sanu pura guide karde ha, te ਬੱਚਿਆਂ ਦੀ ਬਹੁਤ ਹੀ ਜ਼ਿਆਦਾ ਫਾਈਨੈਂਸ਼ੀਅਲ ਤੌਰ 'ਤੇ, ਕੋਈ ਵੀ ਬੱਚਾ ਜੇਕਰ ਕਿਸੇ ਨੂੰ ਵੀ ਫਾਈਨੈਂਸ਼ੀਅਲ ਤੌਰ 'ਤੇ ਪ੍ਰੋਬਲਮ ਆਉਂਦੀ ਹੈ ਤਾਂ ਉਹਨਾਂ ਦੀ ਹੈਲਪ ਵੀ ਕਰਦੇ। ਨਾਮ ਸ਼ਿਲਪੀ, ਮੈਂ ਇੱਥੇ ਗੁਰੂ ਕਾਸ਼ੀ ਸਕੂਲ ਵਿੱਚ 4 ਸਾਲ ਤੋਂ ਪੜ੍ਹਾ ਰਹੀ ਹਾਂ, ਪ੍ਰੀ ਨਰਸਰੀ ਕਲਾਸਿਸ ਨੂੰ ਪੜ੍ਹਾ ਰਹੀ ਹਾਂ। ਇੱਥੇ ਅਸੀਂ ਬੈਸਟ ਐਕਟੀਵਿਟੀ ਕਰਵਾਉਣੇ ਬੱਚਿਆਂ ਨੂੰ, ਅਤੇ ਜਿਵੇਂ ਪੋਇਮ ਵਗੈਰਾ ਹੋ ਗਈਆਂ, ਹੋਰ ਐਕਟੀਵਿਟੀ ਮਤਲਬ ਪਲੇਇੰਗ ਵਗੈਰਾ, ਪਲੇਗਰਾਊਂਡ ਵਗੈਰਾ ਵਿੱਚ ਵਧੀਆ ਐਕਟੀਵਿਟੀ ਕਰਵਾਉਂਦੇ।